ਤੇ ਜਦੋਂ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਬਾਣੀ ਪੜ੍ਹਦੇ ਹਾਂ, ਜਿਹੜਾ ਪਾਪੀ ਅੰਤ ਮਿਲਦੇ ਤੋਂ ਮਿਲਦਾ ਜਿਹੜਾ ਕੁਛ ਹੁੰਦਾ ਹੈ, ਉਹਨੇ ਕਹਿਣਾ ਮੈਂ ਵਿਖਾਵਾ ਕਰ ਰਿਹਾ ਬਾਣੀ ਪੜ੍ਹ ਰਿਹਾ, ਮੈਨੂੰ ਪਤਾ ਉੱਥੇ ਕੀ ਕਰਦਾ ਪਿਆ ਸੀ, ਉੱਥੇ ਕਰਦਾ ਸੀ ਕਰਦਾ ਹੈ ਤੇ ਗੁਰੂ ਘਰ ਦੇ ਵਿੱਚ ਤੇ ਬਾਣੀ ਪੜ੍ਹਦਾ, ਤੈਨੂੰ ਪੜ੍ਹਨ ਲੱਗਿਆ ਸ਼ਰਮ ਆਉਂਦੀ, ਜੇ ਉਹ ਪੜ੍ਹ ਰਿਹਾ ਹੈ ਉਹਨੂੰ ਪੜ੍ਹ ਲੈਣ ਦੇ ਰੱਬ ਦਾ ਵਾਸਤਾ ਭਾਗਾਂ ਵਾਲੇ ਖੁਦ ਅਸੀਂ ਕਿਸੇ ਨੂੰ ਪੜ੍ਹਦੇ ਹਾਂ ਗੁਰੂ ਘਰ ਵਿੱਚ ਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ, ਮੇਖ ਨਹੀਂ ਕਰਦੇ ਕਿ ਕਿਉਂ ਪੜ੍ਹ ਲੈਂਦੇ, ਕੋਈ ਪਤਾ ਹੀ ਕਿਸ ਤਰ੍ਹਾਂ ਉਹਨੂੰ ਦੁੱਖ ਲੈ ਕੇ ਬੰਦਾ ਗੁਰੂ ਦਰ ਤੇ ਆਉਂਦਾ, ਜਿਹੜਾ ਸੁੱਖ ਵਿੱਚ ਹੁੰਦਾ ਹੈ ਉਹਦਾ ਪਿਆਰ ਜਿਹੜਾ ਹੈ ਅੰਦਰ ਪੈਦਾ ਕਰਦਾ ਹੈ। ਗੁਰੂ ਘਰ ਦੇ ਵਿੱਚ ਕਿਹਨਾਂ ਦਾ ਹੋਰ ਕਿਸੇ ਨੂੰ ਨਾਮ ਕੋਲ ਨਹੀਂ, ਕਿਉਂਕਿ ਗੁਰੂ ਦੇ ਵਿੱਚ ਘਰ ਦੇ ਵਿੱਚ ਪਤਾ ਨਹੀਂ ਗੁਰੂ ਪਿੱਤਰਾਂ ਦੀ ਜੁੜੀ ਆ ਕੇ ਗੁਰੂ ਨੂੰ ਸਮਰਪਿਤ ਹੁੰਦੀ ਹੁੰਦੀ, ਜੀਵਾ ਦੀ ਬਾਣੀ ਚੱਲਦੀ ਮਨ ਗੁਰੂ ਦੇ ਚਰਨਾਂ ਦੇ ਜੁੜ ਕੇ ਬੈਠੀਏ, ਕੀ ਪਤਾ ਅਗਲੇ ਦਾ ਕਿੰਨਾ ਕੁ ਦੁਖੀ ਮਿਲਦਾ ਸੀ ਜਿਹੜਾ ਦੁੱਖ ਸਾਂਝਾ ਕਰਦੇ ਗੁਰੂ ਦੇ ਨਾਲ ਆ ਗਿਆ। ਅਸੀਂ ਇੱਕ ਪ੍ਰੈਕਟੀਕਲ ਕਰਕੇ ਦੇਖੀਏ ਕਿ ਜਦੋਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋਵਾਂਗੇ ਤਾਂ ਸਾਡੇ ਅੰਦਰ ਪਿਆਰ ਪੈਦਾ ਹੁੰਦਾ ਹੈ ਕਿ ਸਤਿਗੁਰੂ ਦਾਤਾ, ਬਾਕੀ ਅਸੀਂ ਕਿੱਥੇ ਖਲੋਤੇ ਹਾਂ ਤੇ ਸਾਨੂੰ ਕਿਸ ਰਸਤੇ ਤੇ ਚਲਾ ਰਿਹਾ ਸੀ ਤੇ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ। ਜਦੋਂ ਗੁਰੂ ਦੇ ਘਰ ਵਿੱਚ ਦੂਰ ਹੋ ਗਏ ਨਾ, ਫਿਰ ਕੰਮਾਂ ਕਾਰਾਂ ਚ ਨਹੀਂ, ਜਦੋਂ ਕਿਤੇ ਸੋਚ ਕੇ ਦੇਖੋ ਤੇ ਵਾਕਈ ਉਹ ਸਮਾਂ ਸੀ ਜਦੋਂ ਉੱਠਣਾ ਤੇ ਕਥਾ ਹੋ ਰਹੀ ਸੀ ਕਿ ਸਾਡੇ ਅੰਦਰ ਇੱਕ ਪਿਆਰ ਤੇ ਪੈਦਾ ਗੁਰੂ ਹੋ ਰਿਹਾ ਸੀ, ਪਰ ਫਿਰ ਆਣ ਕੇ ਔਗਣ ਜਿਹੜਾ ਹੈ ਵਕਾਰਾਂ ਨੇ ਮਨ ਨੂੰ ਘੇਰਾ ਪਾ ਲਿਆ। ਕਈ ਵਾਰ ਇਸ ਤਰ੍ਹਾਂ ਦਾ ਰਸ ਜਿਹੜਾ ਹੈ ਨਾ ਸਾਡੇ ਅੰਦਰ ਪੈਦਾ ਹੋਣਾ ਸ਼ੁਰੂ ਹੋਵੇਗਾ, ਉਦੋਂ ਇਹ ਕੀ ਮਹਿਸੂਸ ਕਰਨੀ ਸ਼ੁਰੂ ਕਿ ਵਾਕਿਆ ਵਾਹਿਗੁਰੂ ਅੰਦਰ ਸਾਡਾ ਜਿਹੜਾ ਇਹ ਮਾਲ ਹੈ। ਬਾਬੇ ਦੀ ਬਾਣੀ ਪੜ੍ਹਾਂਗੇ, ਬਾਣੀ ਵਿੱਚ ਜਿਹੜੀ ਚੰਗੀ ਰੂਹ ਹੁੰਦੀ ਹੈ ਉਹਨੂੰ ਤੇ ਐਂ ਲੱਗਦਾ ਹੈ ਕਿ ਸਤਿਗੁਰੂ ਦਾਤਾ ਜਿਹੜਾ ਬੰਦਾ ਤੇਰੇ ਨਾਮ ਦੇ ਨਾਲ ਜੁੜਿਆ ਹੈ ਉਹਨੂੰ ਆਨੰਦ ਆਉਂਦਾ ਹੈ। ਤੇ ਸਰ ਕਹਿੰਦੇ ਨੇ ਬਚਨ ਅਸੀਂ ਪੜ੍ਹਦੇ ਹਾਂ ਰੋਜ਼ਾਨਾ, ਅਣ ਸੰਭਰ ਭਾਗੀ ਉਹ ਸਰਵ ਮਨੋਰਥ ਪੂਰੇ ਪਾਰ ਮਨ ਪ੍ਰਭ ਪਾਇਆ, ਉਤਰੇ ਸਰੂ ਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਗ ਭਾਏ ਸਰਸੇ ਪੂਰੇ ਗੁਰਤੇ ਜਾਣੀ, ਸੰਤੇਤ ਨੀਤ ਕਹਿੰਦੇ ਪੁਰੇ ਸਤਿਗੁਰ ਕਲਿਆ ਭਰ ਪੂਰੇ, ਬ੍ਰਹਮ ਪ੍ਰਾਣ ਕੋ ਚਰਨ ਲਾਗੇ ਵਾਜੀ ਅਨੰਦ ਪੂਰੇ। ਪਾਤਸ਼ਾਹ ਇਹ ਪਤਾ ਲੱਗ ਗਿਆ ਜਿਹੜਾ ਬਾਣੀ ਪੜ੍ਹ ਰਹੇ ਨਾ ਉਹਦੇ ਹਿਰਦੇ ਵਿੱਚ ਤੂੰ ਆ ਕੇ ਵੱਸ ਗਿਆ, ਅੰਦਰ ਆਤਮਿਕ ਤੌਰ ਤੇ ਨਾਮ ਦਾ ਜਿਹੜਾ ਗ੍ਰਹਿਣ ਹੋ ਗਿਆ ਤੇ ਜਿਹੜਾ ਟੁੱਟਾ ਹੋ ਰਿਹਾ ਤੇ ਸਹਿਬ ਜੀ ਬਾਣੀ ਪੜ੍ਹਾਂਗੇ ਤੇ ਭਗਤ ਕਬੀਰ ਜੀ ਦਾ ਬੱਚਿਆਂ ਪਤਾ ਹੈ ਕਬੀਰ ਜਗਤੀ ਕਾਸ਼ ਕੀ ਕਿਆ ਕੁਛ ਲਾਦੇ ਹੋਏ ਹਿਰਦੇ ਰਾਮ ਨਾਲ ਜਿੰਦਗੀ ਇਹ ਤਕਰੀ ਕਿਆ ਹੋ ਗਿਆ। ਤੇ ਉਦੋਂ ਅੱਜ ਕੀ ਗੱਲ ਕੋਈ ਗੱਲ ਜਦੋਂ ਬਾਣੀ ਪੜ੍ਹੇਗਾ ਕਰਨਾ ਨੂੰ ਹੱਥ ਲੱਗ ਜਾਣਾ ਵੀ ਦਾਤਾ ਐ ਲੱਗਦਾ ਹੈ ਨਿਤ ਨਿਯਮ ਪੰਜ ਬਾਣੀਆਂ ਦਾ ਜਾਪ ਸੋਧਰ ਬਾਣੀ ਸ਼ਾਮ ਦਾ ਸੂਰਜ ਡੁੱਬਣ ਸਮੇਂ ਅਸੀਂ ਕਰਿਆ ਕਰੀ, ਸੋਲਾਂ ਸਾਹਿਬ ਦੇ ਗੁਣ ਜਿਹੜੇ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਗਾਇਆ ਕਰੀ ਕਿ ਸਤਿਗੁਰੂ ਦਾਤਾ ਇੰਨਾ ਨਿਤ ਨਿਯਮ ਵਿਚਾਰ ਸਾਡੇ ਅੰਦਰ ਪੈਦਾ ਹੋਇਆ।